ਦੇਸ਼ ਦੀ ਲੋਕਾਂ ਦਾ ਕੱਪੜਾ ਉਤਪਾਦਨ ਦੇ ਖੇਤਰ ਵਿੱਚ ਕੌਸ਼ਲ ਵਿਕਾਸ ਕਰਕੇ ਆਤਮ ਨਿਰਭਰ ਬਣਾਉਣ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਣਾਉਂਦਿਆਂ ਪਰ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਹਾਰਾ ਕਾਂਤਾ 바ਰੂਦੀ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਬੁਨਕਰ ਚੋਪਾਲ ਕਰਵਾਈ ਗਈ ਇਸ ਚੋਪਾਲ ਦੌਰਾਨ ਬੁਨਕਰਾਂ ਲਈ ਕੇਂਦਰ ਸਰਕਾਰ ਵੱਲੋਂ ਮੁਹੱਈਆ ਨੀਤੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਹੱਥਖੱਡੀ ਦੇ ਵਿਰਾਸਤੀ ਕਿੱਤੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਡਿਪਟੀ ਡਾਇਰੈਕਟਰ ਹਾਰਾ ਕਾਂਤਾ 바ਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੱਥ ਕਰ ਕਾ ਸਹਾਇਤਾ ਯੋਜਨਾ ਤਹਿਤ ਪंजीकृत ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 45 ਦਿਨਾਂ ਦੀ ਬੁਆਈ ਦੀ ਸਿਖਲਾਈ ਦਿੱਤੀ ਜਾਵੇਗੀ ਜਦਕਿ 15 ਦਿਨਾਂ ਲਈ ਸੂਤ ਨੂੰ ਰੰਗ ਕਰਨ ਦੀ ਸਿਖਲਾਈ ਤੇ ਮਗਰੋਂ 30 ਦਿਨਾਂ ਦੀ ਡਿਜ਼ਾਈਨਿੰਗ ਸਿਖਲਾਈ ਵੀ ਮੁਹੱਈਆ ਕਰਵਾਈ ਜਾਵੇਗੀ ਉਨਾ ਦੱਸਿਆ ਹੈ ਕਿ ਸਿਖਲਾਈ ਦੌਰਾਨ ਹੀ ਹਰ ਸਿਖਿਆਰਥੀ ਨੂੰ 300 ਰੁਪਏ ਰੋਜ਼ਾਨਾ ਮਾਨ ਪੱਤੀ ਵਜੋਂ ਦਿੱਤਾ ਜਾਵੇਗਾ। ਉਹਨਾਂ ਕਹਾਂਗੇ ਸਿਖਲਾਈ ਉਪरांत ਸਿਖਿਆਰਥੀ ਨੂੰ ਆਪਣੀ ਖੱਡੀ ਖਰੀਦਣ ਲਈ 30000 ਰੁਪਏ ਦੀ مالی ਸਹਾਇਤਾ ਦਿੱਤੀ ਜਾਵੇਗੀ। ਉਹਨਾਂ ਕਹਾਂਗੇ ਹੱਥ ਖੱਡੀ ਬੁਨਕਰਾਂ ਨੂੰ ਕੰਮਕਾਜ ਲਈ ਛੱਡ ਤਿਆਰ ਕਰਨ ਵਾਸਤੇ 1,20,000 ਰੁਪਏ ਦੀ ਰਾਸ਼ੀ ਵਕਰੀ ਮੁਹਈਆ ਕਰਵਾਈ ਜਾਵੇਗੀ। ਚਾਦਕੀ ਉਸ ਛੱਡ ਤੇ ਸੂਰਜੀ ਊਰਜਾ ਪ੍ਰੋਜੈਕਟ ਲਈ 5000 ਰੁਪਏ ਵੀ ਮੁਹਈਆ ਕਰਵਾਈ ਜਾਣਗੇ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਬੁਨਕਰਾਂ ਨੂੰ ਸੂਤੀ ਕਪੜਾ ਤੇ ਹੋਰ ਸਮਾਨ ਤਿਆਰ ਕਰਨ ਲਈ ਕੱਚਾ ਮਾਲ ਯਾਤਾ ਗਾਵੀ ਕੌਮੀ ਹੁਨਰ ਵਿਕਾਸ ਕਾਰਪੋਰੇਸ਼ਨ ਵੱਲੋਂ ਸਸਤੇ ਪਾ ਦੇਣ ਲਈ ਯੋਗਦਾਨ ਦਿੱਤਾ ਜਾਵੇਗਾ ਤੇ ਫਿਰ ਤਿਆਰ ਸਮਾਨ ਨੂੰ ਹੈਂਡਲੂ ਮਾਰਕ ਦੇ ਕੇ ਦੇਸ਼ ਵਿੱਚ ਲੱਗਦੇ ਵਕ-ਵਕ ਮੇਲਿਆਂ ਵਿੱਚ ਵੇਚਣ ਲਈ ਅਗਵਾਈ ਦਿੱਤੀ ਜਾਵੇਗੀ ਉਹਨਾਂ ਕਹਾਂ ਕਿ ਬਿਹਤਰ ਉਤਪਾਦ ਤਿਆਰ ਕਰਨ ਵਾਲਿਆਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਆ ਉਤਸ਼ਾਹਿਤ ਕੀਤਾ ਜਾਵੇਗਾ ਅੱਜ ਮਿਨਿਸਟਰੀ ਆਫ ਟੈਕਸਲ ਅਕਾਊਂਟ ਆਫ ਇੰਡੀਆ ਕਾ ਤਰਫ ਸੇ ਪਾਣੀਪਤ ਸੇ ਯਾਹ ਪੇ ਮੋਗਾ ਡਿਸਟ੍ਰਿਕਟ ਮੇ पंजाब में एक अवेयरनेस प्रोग्राम किया आज का प्रोग्राम का मेन मकसद है आत्मनिर्भर भारत आत्मनिर्भर भारत में हम कैपेसिटी बिल्डिंग के लिए एक समार्ट ट्रेनिंग देना है उन लोगों को विविंग फोर्टी फाइव डेज का उविंग का ट्रेनिंग देना है जो बुनकर है आत्मनिर्भर भारत है उसके लिए